ਸਭ ਤੋਂ ਪਹਿਲਾਂ ਤਾਂ ਨਾ ਸਾਹ ਲਓ ਜੋਰ-ਜੋਰ ਦੀ ਲਓ ਨਾ ਵੀ ਠੀਕ ਠਾਕ ਹੈ ਮੈਂ ਕਿਉਂ ਸਹੀ ਹੁੰਦਾ ਸਾਹ ਮੈਨੂੰ ਨਹੀਂ ਮਤਲਬ ਯੋਗਾ ਕਰਦੇ ਰਹਿਣੀ ਚਾਹੀਦੀ ਹੈ ਯੋਗਾ ਦੇ ਹਿਆਸਨ ਹੁੰਦਾ ਕਹਿੰਦੇ ਵੀ ਆ ਰੱਬ ਨੇ ਨਾ ਤੁਹਾਨੂੰ ਆ ਦੋ ਸਿਲੰਡਰ ਦਿੱਤੇ ਨੇ ਆ ਤੁਸੀਂ ਐਵੇਂ ਗਾਹ ਪਾਈ ਫਿਰਦੇ ਹੋ ਨਾ ਜਿਹੜਾ ਸਾਰੀ ਦਿਹਾੜੀ ਵੀ ਇੱਥੇ ਸਿਲੰਡਰ ਮੁੱਕ ਗਏ ਜੀ ਆਕਸੀਜਨ ਨਹੀਂ ਹੈਗੀ ਜੀ ਆਕਸੀਜਨ ਲੈ ਕੇ ਆਓ ਬਾਹਰਲੇ ਦੇਸ਼ਾਂ ਤੋਂ ਮੰਗਾਓ ਫਲਾੜਾ ਕਰੋ ਟੰਕਾਣਾ ਕਰੋ ਅਕਲ ਹੀ ਨਹੀਂ ਹੈ ਕਹਿੰਦੇ ਤੁਹਾਨੂੰ ਤਾਂ ਜਮ੍ਹਾਂ ਅਕਲ ਨਹੀਂ ਹੈਗੀ ਤੁਹਾਨੂੰ ਯੋਗਾ ਕਰੋ ਅ ਦੋ ਸਿਲੰਡਰ ਦਿੱਤੇ ਰੱਬ ਨੇ ਇਹਨਾਂ ਰੇਸ ਥਾਂ ਲਓ ਆਕਸੀਜਨ ਲਓ ਤੇ ਆਕਸੀਜਨ ਜਿਹੜੀ ਛੱਡੋ ਜਿਹੜੀ ਜਿਹੜੀ ਸਾਡੇ ਪਲਾਂਟ ਪ੍ਰੂਡ ਖਾਂਦੇ ਨਾ ਉਹ ਉਹਨਾਂ ਵਾਸਤੇ ਰਹਿਣ ਦੋ ਤੁਸੀਂ ਆਪਣੀ ਆਕਸੀਜਨ ਲਓ ਬਾਸ ਨਹੀਂ ਤੇ ਨਾਸਾਂ ਦੇ ਵਿੱਚ ਪਾਓ ਨਾ ਪਾਈਪਾਂ ਫਿਰ ਇਹਨਾਂ ਦੇ ਜੜੇ ਆਏ ਕਹਿੰਦੇ ਆ ਕਿਉਂ ਪਾਈਪਾਂ ਪਾ ਕੇ ਲਾ ਦਿਓ ਲੰਗਰ ਆਕਸੀਜਨ ਦਾ ਵੀ ਉਹਦੇ ਦੋ ਸਿਲੰਡਰਾਂ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਰੱਖੀ ਪਈ ਨੇ ਬੰਦਾ ਦਾ ਯੋਗਾ ਕਰਦਾ ਉਹ ਮੈਨੂੰ ਪਤਾ ਜੀ ਤੁਸੀਂ ਗੱਲ ਕਰ ਰਹੇ ਹੋ ਸਲਵਾਰ ਵਾਲਾ ਬਾਬਾ ਨਹੀਂ ਆਕਸੀਜਨ ਲੰਦਾ ਬੰਦਾ ਛੱਡਦਾ ਕਾਰਬੋਹਾਈਡਰੇਟਸ ਹੈ ਉਹ ਆਕਸੀਜਨ ਨਹੀਂ ਹੁੰਦੀ ਨਹੀਂ ਆਕਸੀਜਨ ਉਹ ਦੱਸ ਉਹ ਉਹਦੇ ਸਿਲੰਡਰਾਂ ਦੇ ਵਿੱਚੋਂ ਕੱਢ ਲਓ ਪੂਰਾ ਭਾਈ ਅੱਛਾ ਆ ਕੋਈ ਨਾ ਕੋਈ ਨਾ ਉਹ ਨਿਕਲ ਹੀ ਜਾਊਗਾ ਕੋਸ਼ਨਾ ਕੋਈ ਕਿਸੇ ਨਾ ਕਿਸੇ ਪਾਸੇ ਦੇਖੋ ਐਡਾ ਐਡੇ ਵੱਡੇ ਯੋਗ ਗੁਰੂ ਹੈਗੇ ਨੇ ਉਹ ਹਨ ਐਡੇ ਕਦੋਂ ਦੇ ਉਹ ਯੋਗਾ ਕਰੀ ਜਾਂਦੇ ਆ ਕੀ ਪਤਾ ਕੋਈ ਖਾਣਾ ਹੀ ਵੱਖਰਾ ਬਣਾ ਲਿਆ ਹੋਵੇ ਜਿਹਦੇ ਵਿੱਚ ਆਕਸੀਜਨ ਹੀ ਹੋਵੇ ਕੱਲੀ ਨਹੀਂ ਨਾਲੇ ਮਨ ਦੇ ਵੀ ਤਾਂ ਉਹਨਾਂ ਨੂੰ ਨੇ ਨਾ ਜਿਹੜੇ ਕੀ ਉਹ ਹੋ ਕੇ ਕਹਿੰਦੇ ਸੀਗੇ ਨਾਲ ਗੱਟਰ ਵਾਲੇ ਉਹ ਤੋਂ ਪਾਣੀ ਤੋਂ ਗੈਸ ਜੀ ਬਣਾ ਕੇ ਚਾਹ ਚ ਬਣਾ ਲੈਂਦੇ ਸੀ ਉਹਨਾਂ ਨੂੰ ਮੰਨਦੇ ਨੇ ਕਿ ਐਵੇਂ ਜੀ ਕੋਈ ਤਰੀਕਾ ਕੋ ਇਹਨਾਂ ਨੂੰ ਵੀ ਦੱਸ ਦਿਓ ਇਦਾਂ ਦਾ ਜਿਹਦੇ ਨਾਲ ਆਕਸੀਜਨ ਸਾਹਮ ਕੇ ਰੱਖ ਲੈ ਜਿਹੜਾ ਬੰਦਾ ਮੂਤਰ ਨੂੰ ਕਹਿੰਦਾ ਮੈਂ ਪਿਉ ਜਿਹੜਾ ਬੰਦਾ ਕਹਿੰਦਾ ਅਭੀ ਮੈਂ ਗੋਬਰ ਇਹੋ ਜਿਹਾ ਲਿਆਉਂਗਾ ਜੇ ਖਾਓਗੇ ਸਾਰੀਆਂ ਬਿਮਾਰੀਆਂ ਕੱਟੀਆਂ ਜਾਣਗੀਆਂ ਤੇ ਅੱਜ ਕਹਿੰਦਾ ਤੁਹਾਡੇ ਨੱਕ ਦੇ ਵਿੱਚ ਸਿਲੰਡਰ ਹੁੰਦੇ ਆ ਤੇ ਭਾਈ ਨੱਕ ਦੇ ਵਿੱਚ ਸਿਲੰਡਰਾਂ ਤੇ ਲਾ ਦੇ ਲੰਗਰ ਅਰੇ ਬ੍ਰਾਹਮਣ ਮੇ ਇਤਨਾ ਜ਼ਿਆਦਾ ਆਕਸੀਜਨ ਹੈ ਆਪਕੋ ਲੈਣਾ ਹੀ ਨਹੀਂ ਆਤਾ ਆਕਸੀਜਨ ਆਪਕੋ ਤਰੀਕਾ ਸਿੱਖਣਾ ਚਾਹੀਏ ਯੋਗ ਕਰੋ

ਦਵਾਈ ਕਿਉਂ ਲੈ ਕੇ ਆਏ ਸੀ ਬਾਈ ਜਿਹੜੀ ਕਹਿੰਦੇ ਸੀਗੇ ਇਹ ਕਰੋਨਾ ਭਗਾਏਗੀ ਕਰੋਨਾ ਕਰੋਨਿਲ ਨਾਮ ਸੀ ਉਹ ਕਰੋ ਕਰੋਨਿਲ ਹਾਂ ਕਰੋਨਿਲ ਹਾਂ ਉਹ ਕਿਉਂ ਲੈ ਕੇ ਆਏ ਸੀ ਬਾਈ ਇਹ ਸਲਵਾਰ ਵਾਲੇ ਬਾਬਾ ਜੀ ਨੂੰ ਪੁੱਛਣਾ ਤਾਂ ਚਾਹੀਦਾ ਵੀ ਉਹ ਕਿਉਂ ਲਿਆਂਦੀ ਸੀ ਪਰ ਪਹਿਲਾਂ ਵੀ ਦੱਸ ਦੇਣਾ ਦੇਖੋ ਇੱਕ ਨਾ ਚੀਜ਼ ਹੁੰਦੀ ਆ ਬਿਜ਼ਨਸ ਹੁਣ ਜਦੋਂ ਕੁਝ ਨਹੀਂ ਚੱਲ ਰਿਹਾ ਨਾ ਤੁਸੀਂ ਸਾਨੂੰ ਦੁਕਾਨਾ ਖਾਣੇ ਦੀ ਵੀ ਨਹੀਂ ਖੋਲਣ ਦੇ ਰਹੇ ਤੁਸੀਂ ਸਾਨੂੰ ਯੋਗ ਵਾਲੇ ਸੈਂਟਰ ਵੀ ਨਹੀਂ ਸਾਡੇ ਖੋਲਣ ਦੇ ਰਹੇ ਕਹਿੰਦੇ ਵੀ ਨਾ ਭਈ ਇਹ ਵੀ ਨਹੀਂ ਖੋਲਣ ਦੇਣੇ ਅਸੀਂ ਉਸ ਤੋਂ ਬਾਅਦ ਮਤਲਬ ਨਾ ਤੁਸੀਂ ਠੇਕੇ ਤੇ ਚਲੋ ਖੋਲ ਰੱਖੇ ਉਹ ਅਸੀਂ ਕੰਮ ਕਰਨਾ ਨਹੀਂ ਕਿਉਂਕਿ ਸਾਡੀ ਫਿਰ ਬੰਦਾਮੀ ਹੋ ਜਾਊਗੀ ਪਰ ਉਸ ਤੋਂ ਇਲਾਵਾ ਜਿਹੜੀਆਂ ਵੀ ਚੀਜ਼ਾਂ ਨੇ ਸਾਰੀਆਂ ਦੁਕਾਨਾਂ ਤੁਸੀਂ ਬੰਦ ਕਰ ਦਿੱਤੀਆਂ ਕੱਪੜੇ ਦੀ ਦੁਕਾਨ ਤੁਸੀਂ ਨਹੀਂ ਖੋਲ ਰਹੇ ਫਿਰ ਅਸੀਂ ਬਿਜ਼ਨਸ ਕਿਹੜਾ ਕਰੀਏ ਹੁਣ ਅਸੀਂ ਪੈਸੇ ਵੀ ਤਾਂ ਕਮਾਉਣੇ ਆ ਨਾ ਫਿਰ ਕੁਛ ਨਾ ਕੁਛ ਤਾਂ ਅਸੀਂ ਕਰਾਂਗੇ ਔਰ ਸਰਕਾਰ ਨਾਲ ਜਦੋਂ ਸਾਡੀ ਸੰਗਠ ਹੋਵੇ ਫਿਰ ਫੈਦ ਬਾਬਾ ਕਹਿੰਦਾ ਵੀ ਜਿਹਦੀ ਆਕਸੀਜਨ 80 ਤੱਕ ਚਲੀ ਗਈ ਸੀ ਨਾ ਤੇ ਮੈਂ 1 ਘੰਟਾ ਯੋਗਾਸਣ ਕਰਾਇਆ ਬਹੁਤ ਵੱਡਾ ਨਾ ਉਹਦਾ ਮੈਨੂੰ ਨਹੀਂ ਨਾਮ ਆਉਂਦਾ ਉਸ ਯੋਗਾਸਣ ਦਾ ਕਹਿੰਦਾ ਵੀ ਮੈਂ ਉਹ ਕਰਵਾਉਂਦਾ ਸੀਗਾ ਤੇ ਮੈਂ 90 ਤੋਂ 100 ਤੱਕ ਆਕਸੀਜਨ ਲੈ ਗਿਆ ਸੀਗਾ ਉਹ ਜਾ ਭਰਾਵਾ ਦਿੱਲੀ ਜਾਵੜਾ ਚਲਾ ਜਾ ਉੱਥੇ ਹਸਪਤਾਲਾਂ ਦੇ ਬਾਹਰ ਬੜੇ ਲੋਕ ਬੈਠੇ ਨੇ ਉਹਨਾਂ ਦੇ ਜਾ ਕੇ ਜੇ ਤੈਨੂੰ ਲੱਗਦਾ ਵੀ ਤੇਰੀ ਤੇਰੇ ਉਹ ਯੋਗ ਜਾਂ ਤੇਰੀ ਇਹ ਕਰਾਮਾਤ ਲੋਕਾਂ ਨੂੰ ਬਚਾ ਸਕਦੀ ਹੈ ਤੇ ਤੂੰ ਉੱਥੇ ਕਿਉਂ ਬੈਠਾ ਨਹੀਂ بڑے بڑے ਸੈਨਿਕ ਨੇ بڑے بڑے ਫਰੰਟਲਾਈਨਰ ਨੇ ਜਿਹੜੇ ਕਿ ਇਸ ਟਾਈਮ ਦੇ ਵਿੱਚ ਖਤਰੇ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਚਾਹੇ ਉਹ ਡਾਕਟਰਸ ਅਸੀਂ ਲਾ ਲਈਏ ਚਾਹੇ ਜੇ ਪੁਲਿਸ ਵਾਲੇ ਵੀ ਬਾਰੋਂ ਫਰੰਟਲਾਈਨਰ ਹੀ ਨੇ ਹਨਾ ਉਸ ਤੋਂ ਬਾਅਦ ਜੇ ਬਾਕੀ ਲੋਕਾਂ ਦੀ ਵੀ ਗੱਲ ਕਰ ਲਈਏ ਸਟਾਫ ਹੈ ਜਿਹੜਾ ਨਰਸਿੰਗ ਸਟਾਫ ਹੈ ਉਹ ਸਾਰੀ ਗੱਲ ਕਰ ਲਈਏ ਉਹ ਵੀ ਇਸ ਵੇਲੇ ਜਾਨ ਖਤਰੇ 'ਚ ਪਾ ਕੇ ਕਾਰਨ ਨੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਇਸ ਯੋਗ ਦੇ ਨਾਲ ਜਿਹੜਾ ਮਰੀਜ਼ ਹੈ ਉਹ ਠੀਕ ਹੋ ਸਕਦਾ ਉਹਨੂੰ ਆਕਸੀਜਨ ਮਿਲ ਸਕਦੀ ਹੈ ਤਾਂ ਜਾਓ ਹਸਪਤਾਲਾਂ ਦੇ ਵਿੱਚ ਬੈਠ ਜਾ ਕੇ ਉੱਥੇ ਹਸਪਤਾਲਾਂ ਦੇ ਵਿੱਚ ਇਕੱਲੇ-ਇਕੱਲੇ ਇਹ ਬਾਬਾ ਜੀ ਜਿਹੜੀ ਸਰਕਾਰ ਦੇ ਮੂਰੀਦ ਆ ਨਾ ਹੋ ਸਕਦਾ ਉਹ ਕਹਿ ਦੇਣ ਕਿ ਬਾਬਾ ਯੋਗ ਗੁਰੂ ਕਾ ਇੱਕ ਸ਼ਬਦ ਕੀ ਬੋਲਦੇ ਹੁੰਦੇ ਉਹਨੂੰ ਜਿਹੜਾ ਯੋਗ ਕਰਦੇ ਨੇ ਜੋ ਵੀ ਇਹ ਆਸਣ ਕਰਦੇ ਨੇ ਜਾਂ ਮੇਲਾ ਲਾਉਂਦੇ ਨੇ ਜੋ ਵੀ ਜਿਸ ਤਰ੍ਹਾਂ ਦਾ ਆਪਾਂ ਮੇਲਾ ਸ਼ਬਦ ਯੂਜ਼ ਕਰ ਲੈਣੇ ਆ ਵੀ ਉਹ ਕਰਨਗੇ ਆ ਕੇ ਕੈਂਪ ਲਾਉਣਗੇ ਤਾਂ ਉੱਥੇ ਸਾਰਿਆਂ ਦਾ ਪਹੁੰਚਣਾ ਜ਼ਰੂਰੀ ਆ ਜਿਹਨੂੰ ਕਰੋਨਾ ਹੋਇਆ ਉਹ ਵੀ ਜਾਵੇ ਉਹ ਵੀ ਜਾ ਕੇ ਉੱਥੇ ਉਹ ਕਰੇ ਤੇ ਉਹ ਆਪਸੀਰ ਮਰ ਜਾਣੀ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਦੀ ਸਰਕਾਰ ਇਸ ਤਰੀਕੇ ਦੇ ਜਿਹੜੇ ਕਹਿ ਸਕਦੇ ਆ ਕਿ ਭਾਈ ਤੁਸੀਂ ਬਾਬਾ ਜੀ ਤੋਂ ਜਾ ਕੇ ਸਿੱਖਿਆ ਜ਼ਰੂਰ ਲੈਣੀ ਆ ਨਹੀਂ ਤਾਂ ਹੀ ਤੁਹਾਡੇ ਸਿਲੰਡਰ ਕੰਮ ਕਰਨਗੇ ਬਾਬਾ ਜੀ ਨੂੰ ਤੁਸੀਂ ਮਜ਼ਾਕ ਕਰਦੇ ਹੋ ਤੁਹਾਡੇ ਸਿਲੰਡਰਾਂ ਨੇ ਤਾਂ ਕੰਮ ਛੱਡਿਆ ਇਹਨਾਂ ਦੋਆਂ ਦੀ ਗੱਲ ਕਰਦਾ